ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਇੰਡਸਟਰੀ ਦੀ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹਾਂ ਜੀ। ਤੇ ਨਵੀਂ ਜਾਣਕਾਰੀ ਹੈ ਕੀ ਹੈ, ਪੰਜਾਬੀ ਇੰਡਸਟਰੀ ਦੀ ਕਿਊਟੈਸਟ ਪਰਸਨੈਲਿਟੀ ਸਾਰਾ ਗੁਰਪਾਲ ਦੇ ਨਾਲ ਜੁੜੀ ਹੋਈ। ਸਾਰਾ ਦੇ ਸਾਰੇ ਹੀ ਗਾਣੇ ਫਿਲਮਾਂ ਦੇ ਵਿੱਚ ਬੇਹੱਦ ਹੀ ਕਮਾਲ ਦੀ ਅਦਾਕਾਰੀ ਕਲਾਕਾਰੀ ਦੇਖਣ ਨੂੰ ਮਿਲਦੀ ਹੈ। ਸੋਸ਼ਲ ਮੀਡੀਆ ਤੇ ਸਾਰਾ ਹਾਈਲੀ ਐਕਟਿਵ ਰਹਿੰਦੇ ਨੇ ਤੇ ਆਪਣੀ ਲਾਈਫ ਦੇ ਨਾਲ ਜੁੜੀ ਹਰ ਇੱਕ ਅਪਡੇਟ ਆਪਣੇ ਫੈਨਸ ਦੇ ਨਾਲ ਸ਼ੇਅਰ ਕਰਦੇ ਨੇ। ਹਾਲ ਹੀ ਦੇ ਵਿੱਚ ਸਾਰਾ ਗੁਰਪਾਲ ਵੱਲੋਂ ਇੱਕ ਅਜਿਹੀ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ਨੂੰ ਦੇਖਣ ਤੋਂ ਬਾਅਦ ਫੈਂਸ ਬੇਹੱਦ ਐਕਸਾਈਟਿਡ ਨਜ਼ਰ ਆ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਬਾਲੀਵੁੱਡ ਤੋਂ ਲੈ ਕੇ ਪੰਜਾਬੀ ਇੰਡਸਟਰੀ ਦੇ ਵਿੱਚ ਆਪਣੇ ਸੌਂਗਸ ਦੇ ਨਾਲ ਧੁੰਮਾਂ ਪਾਉਣ ਵਾਲੇ ਦਾ ਮੋਸਟ ਫੇਮਸ ਸਿੰਗਰ, ਲਿਰਿਸਿਸਟ ਤੇ ਕੰਪੋਜ਼ਰ ਅਖਿਲ ਸਚਦੇਵਾ ਦੇ ਨਿਊ ਸੌਂਗ ਓ ਸਨਮ ਦੇ ਵਿੱਚ ਸਾਰਾ ਗੁਰਪਾਲ ਜਲਦ ਹੀ ਨਜ਼ਰ ਆਉਣ ਵਾਲੇ ਨੇ। ਓ ਸਨਮ ਸੌਂਗ ਦਾ ਓਫੀਸ਼ੀਅਲ ਪੋਸਟਰ ਸ਼ੇਅਰ ਕਰਦੇ ਅਖਿਲ ਤੇ ਸਾਰਾ ਗੁਰਪਾਲ ਵੱਲੋਂ ਫੈਂਸ ਨੂੰ ਸੌਂਗ ਬਾਰੇ ਜਾਣਕਾਰੀ ਦਿੱਤੀ ਗਈ ਹੈ। ਗਾਣੇ ਦਾ ਪੋਸਟਰ ਬੇਹੱਦ ਹੀ ਖੂਬਸੂਰਤ ਲੱਗ ਰਿਹਾ। ਅਖਿਲ ਤੇ ਸਾਰਾ ਦੀ ਰੋਮਾਂਟਿਕ ਕੈਮਿਸਟਰੀ ਪੋਸਟਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ, ਜਿਸ ਨੂੰ ਦੇਖਣ ਤੋਂ ਬਾਅਦ ਫੈਂਸ ਸੌਂਗਸ ਲਈ ਬੇਹੱਦ ਬੇਤਾਬ ਨਜ਼ਰ ਆ ਰਹੇ ਨੇ। ਪਰ ਇਹ ਸੌਂਗ ਕਦੋਂ ਰਿਲੀਜ਼ ਹੋਵੇਗਾ, ਇਸ ਬਾਰੇ ਹਜੇ ਕੋਈ ਜਾਣਕਾਰੀ ਇਹਨਾਂ ਵੱਲੋਂ ਰਿਵੀਲ ਨਹੀਂ ਕੀਤੀ ਗਈ ਹੈ। ਪਰ ਉਮੀਦ ਕਰਦੇ ਹਾਂ ਕਿ ਸਾਰਾ ਤੇ ਅਖਿਲ ਜਲਦ ਹੀ ਸੌਂਗ ਦੀ ਰਿਲੀਜ਼ਿੰਗ ਡੇਟ ਵੀ ਰਿਵੀਲ ਕਰਨਗੇ। ਤੁਹਾਨੂੰ ਦੱਸ ਦਈਏ ਕਿ ਸੌਂਗ ਦੇ ਲਿਰਿਕਸ ਜਿੱਥੇ ਅਖਿਲ ਨੇ ਖੁਦ ਲਿਖੇ ਨੇ, ਇਸ ਗਾਣੇ ਨੂੰ ਮਿਊਜ਼ਿਕ ਵੀ ਅਖਿਲ ਨੇ ਖੁਦ ਦਿੱਤਾ ਹੈ ਤੇ ਗਾਣੇ ਦੀ ਕੰਪੋਜ਼ਿੰਗ ਵੀ ਅਖਿਲ ਵੱਲੋਂ ਕੀਤੀ ਗਈ ਹੈ। ਸੌਂਗਸ ਲਈ ਜਿੱਥੇ ਫੈਂਸ ਬੇਤਾਬ ਨੇ, ਉੱਥੇ ਹੀ ਸਾਰਾ ਗੁਰਪਾਲ ਤੇ ਅਖਿਲ ਵੀ ਇਸ ਗਾਣੇ ਲਈ ਬੇਹੱਦ ਐਕਸਾਈਟਿਡ ਨਜ਼ਰ ਆ ਰਹੇ ਨੇ। ਇਹਨਾਂ ਦੀ ਐਕਸਾਈਟਮੈਂਟ ਦਾ ਅੰਦਾਜ਼ਾ ਪੋਸਟ ਦੇ ਕੈਪਸ਼ਨ ਤੋਂ ਲਾਇਆ ਜਾ ਸਕਦਾ ਹੈ। ਅਖਿਲ ਦੇ ਕੈਪਸ਼ਨ 'ਚ ਲਿਖਿਆ ਹੈ, ਓ ਸਨਮ ਅ ਹਾਰਟ ਫਿਲਡ ਵਾਰਮ ਮੈਲੋਡੀ ਸਟ੍ਰੇਟ ਫਰੋਮ ਮਾਈ ਸੋਲ ਐਕਸਪ੍ਰੈਸਿੰਗ ਦਾ ਪਿਓਰ ਐਸੈਂਸ ਆਫ ਲਵ ਐਂਡ ਟੁਗੈਦਰਨੈਸ ਇਨ ਮੋਸਟ ਸਿੰਪਲਰ ਵਰਡ। ਇੱਕ ਗੱਲ ਤਾਂ ਸਾਫ਼ ਹੈ ਕਿ ਅਖਿਲ ਦੇ ਰੂਹਾਂ ਦੇ ਨਾਲ ਜੁੜਿਆ ਇਹ ਸੌਂਗ ਪਿਆਰ, ਰੋਮਾਂਸ ਤੇ ਇਮੋਸ਼ਨਸ ਦੇ ਨਾਲ ਭਰਪੂਰ ਹੋਣ ਵਾਲਾ ਹੈ। ਇਸ ਗਾਣੇ ਲਈ ਅਖਿਲ, ਸਾਰਾ ਗੁਰਪਾਲ ਬੇਹੱਦ ਹੀ ਖੁਸ਼ ਨਜ਼ਰ ਆ ਰਹੇ ਨੇ। ਸਾਰਾ ਗੁਰਪਾਲ ਦਾ ਪੋਸਟਰ ਤੇ ਬੇਹੱਦ ਹੀ ਖੂਬਸੂਰਤ ਅੰਦਾਜ਼ ਦੇਖਣ ਨੂੰ ਮਿਲ ਰਿਹਾ। ਅਖਿਲ ਤੇ ਸਾਰਾ ਗੁਰਪਾਲ ਦੀ ਲਵ ਕੈਮਿਸਟਰੀ ਇਸ ਗਾਣੇ ਦੇ ਵਿੱਚ ਨਜ਼ਰ ਆਉਣ ਵਾਲੀ ਹੈ ਤੇ ਇਹ ਗਾਣਾ ਲਵ, ਇਮੋਸ਼ਨਸ ਤੇ ਰੋਮਾਂਸ ਦੇ ਨਾਲ ਭਰਪੂਰ ਹੋਣ ਵਾਲਾ ਹੈ। ਸੋ ਗਾਈਜ਼, ਹੁਣ ਤੁਸੀਂ ਦੱਸੋ ਕਿ ਤੁਸੀਂ ਅਖਿਲ ਤੇ ਸਾਰਾ ਦੇ ਨਵੇਂ ਗਾਣੇ ਲਈ ਕਿੰਨੇ ਐਕਸਾਈਟਿਡ ਹੋ ਤੇ ਓ ਸਨਮ ਸੌਂਗ ਨੂੰ ਲੈ ਕੇ ਤੁਹਾਡਾ ਕੀ ਕੁਛ ਕਹਿਣਾ ਹੈ। ਪੋਸਟਰ ਨੂੰ ਦੇਖਣ ਤੋਂ ਬਾਅਦ ਤੁਹਾਡਾ ਕੀ ਕੁਛ ਰਿਐਕਸ਼ਨ ਹੈ, ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖ ਕੇ ਸ਼ੇਅਰ ਕਰਿਓ ਤੇ ਸਾਰਾ ਗੁਰਪਾਲ ਤੇ ਅਖਿਲ ਦੇ ਨਾਲ ਜੁੜੀ ਹੋਰ ਵੀ ਜਾਣਕਾਰੀ ਲਈ ਦੇਸੀ ਚੈਨਲ ਦੇ ਨਾਲ ਬਣੇ ਰਹੋ ਤੇ ਗਾਣੇ ਦੇ ਨਾਲ ਜੁੜੀ ਤਮਾਮ ਜਾਣਕਾਰੀਆਂ ਲਈ ਦੇਸੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ। ਸਤਿ ਸ਼੍ਰੀ ਅਕਾਲ।